ਲੁਧਿਆਣਾ ਦੇ ਵਿੱਚ ਦੇਰ ਰਾਤ ਗੁਜਰਾਤ ਪੁਲਿਸ ਨੇ ਦਬਿਸ਼ ਦਿੱਤੀ ਹੈ। ਗੁਜਰਾਤ ਪੁਲਿਸ ਵੱਲੋਂ ਲੁਧਿਆਣਾ ਦੇ ਵਿੱਚ ਹਿੰਦੂ ਨੇਤਾ ਅਮਿਤ ਅਰੋੜਾ ਦੇ ਘਰ ਪਹੁੰਚ ਕੇ ਉਸ ਤੋਂ 2 ਘੰਟੇ ਪੁੱਛਗਿੱਛ ਕੀਤੀ ਗਈ ਹੈ। ਗੁਜਰਾਤ ਪੁਲਿਸ ਦੇ ਨਾਲ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਵੀ ਮੌਜੂਦ ਸੀ। ਪੁਲਿਸ ਨੇ ਅਮਿਤ ਅਰੋੜਾ ਦੇ ਫੋਨ ਦੇ ਵਿੱਚੋਂ ਇੱਕ ਨੰਬਰ ਬਰਾਮਦ ਕੀਤਾ ਹੈ ਜਿਸ ਉੱਤੇ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਪੁਲਿਸ ਦੇ ਖੁਲਾਸੇ 'ਚ ਪਤਾ ਲੱਗਿਆ ਹੈ ਕਿ ਅਬੂ ਬਕਰ ਨਾਮ ਦੇ ਵਿਅਕਤੀ ਵੱਲੋਂ 1 ਕਰੋੜ ਰੁਪਏ ਦੇ ਵਿੱਚ ਹਿੰਦੂ ਨੇਤਾਵਾਂ ਦੇ ਕਤਲ ਦੀ ਸੁਪਾਰੀ ਲਈ ਗਈ ਸੀ। ਪੁੱਛਗਿੱਛ ਤੋਂ ਬਾਅਦ ਗੁਜਰਾਤ ਪੁਲਿਸ ਵਾਪਸ ਚਲੀ ਗਈ ਹੈ। ਗੁਜਰਾਤ ਪੁਲਿਸ ਨੇ 2 ਮਹੀਨੇ ਪਹਿਲਾਂ ਅਬੂ ਬਕਰ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸੂਰਤ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਆਰੋਪੀ ਨੇ ਖੁਲਾਸਾ ਕੀਤਾ ਸੀ ਕਿ ਅਮਿਤ ਅਰੋੜਾ ਸਮੇਤ ਕਈ ਹਿੰਦੂ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਬਦਮਾਸ਼ ਤੋਂ ਉਹ ਵੀ ਮੋਬਾਈਲ ਫੋਨ ਬਰਾਮਦ ਕੀਤਾ ਹੈ ਜਿਸ ਤੋਂ ਉਹ ਹਿੰਦੂ ਨੇਤਾਵਾਂ ਨੂੰ ਕਾਲ ਕਰਦਾ ਸੀ। 2 ਮਹੀਨੇ ਪਹਿਲਾਂ ਗੁਜਰਾਤ ਦੀ ਸੂਰਤ ਕ੍ਰਾਈਮ ਬ੍ਰਾਂਚ ਨੇ ਬੀਜੇਪੀ ਅਤੇ ਹਿੰਦੂ ਨੇਤਾਵਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਆਰੋਪ ਦੇ ਵਿੱਚ ਸੂਰਤ ਤੋਂ ਮੁਹੰਮਦ ਸੁਹੇਲ ਉਰਫ ਅਬੂ ਬਕਰ ਤਿਮੋਲ ਨੂੰ ਗ੍ਰਿਫਤਾਰ ਕੀਤਾ ਸੀ। ਕੱਲ ਗੁਜਰਾਤ ਦੀ ਟੀਮ ਆਈ ਸੀ ਜਿਨ੍ਹਾਂ ਨੇ ਮੇਰੇ ਬਿਆਨ ਦਰਜ ਕੀਤੇ। ਬਿਆਨ ਦਰਜ ਕਰਕੇ ਮੇਰੇ ਮੋਬਾਈਲ ਚੈੱਕ ਕੀਤਾ। ਮੇਰੇ ਮੋਬਾਈਲ ਦੇ ਵਿੱਚੋਂ ਕੋਲਾਂ ਵੀ ਕੁਛ ਜਿਹੜੇ ਮੈਨੂੰ ਕੋਲਾਂ ਤੋਂ ਧਮਕੀਆਂ ਆਈਆਂ ਸੀ ਮਾਰਨ ਦੀਆਂ ਉਹ ਕੋਲਾਂ ਟਰੇਸ ਹੋਈਆਂ। ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦ ਹੈ ਗੁਜਰਾਤ ਪੁਲਿਸ ਦਾ ਜਿਨ੍ਹਾਂ ਨੇ ਇੰਨਾ ਵੱਡਾ ਪਰਦਾ ਫਾਸ਼ ਕੀਤਾ। ਵੈਸੇ ਤਾਂ ਦੇਖੋ ਕਿ ਹਰ ਮਹੀਨੇ ਪੰਜਾਬ ਪੁਲਿਸ ਦੀ ਮੈਂ ਸ਼ਲਾਘਾ ਕਰਦਾ ਵਾਂ, ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਪੁਲਿਸ ਨੇ ਵੀ ਕਿੰਨੇ ਹੀ ਅੱਤਵਾਦ ਮਡਿਊਲ ਇੱਦਾਂ ਦੇ ਫੜੇ ਜਿਹਦੇ ਵਿੱਚ ਮੈਨੂੰ ਮਾਰਨ ਦੀ ਧਮਕੀਆਂ, ਮਾਰਨ ਦੀ ਸਾਜ਼ਿਸ਼ਾਂ ਰਚੀਆਂ, ਜਿਨ੍ਹਾਂ 'ਤੇ ਮਾਰਨ ਦੇ ਬਾਹਰੋਂ ਪੈਸਾ ਆਇਆ ਹੋਇਆ ਸੀਗਾ। ਮੈਂ ਕਹਿੰਦਾ ਪੰਜਾਬ ਪੁਲਿਸ ਵੀ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ। ਮਾਨਯੋਗ DGP ਸਾਹਿਬ ਸਾਡੇ ਗੌਰਵ ਯਾਦਵ ਜੀ ਜਿਨ੍ਹਾਂ ਨੇ ਮੇਰਾ ਪੂਰਾ ਬਚਾਵ ਰੱਖਿਆ ਵਾ, ਮਾਨਯੋਗ ਸਾਡੇ ਪੁਲਿਸ ਕਮਿਸ਼ਨਰ ਸਾਹਿਬ, ਮਤਲਬ 2-2.5 ਘੰਟੇ ਉਹਨਾਂ ਨੇ ਮੇਰੀ ਪੁੱਛਗਿੱਛ ਕੀਤੀ, ਮੇਰੇ ਫੋਨ ਚੈੱਕ ਕੀਤੇ, ਮੈਨੂੰ ਪੁੱਛਿਆ ਕਿ ਕਿੰਨੀਆਂ ਥਰੈਟਾਂ ਤੁਹਾਨੂੰ ਆ ਗਈਆਂ, ਕਿੰਨੀਆਂ ਥਰੈਟਾਂ ਤੁਹਾਨੂੰ ਆਉਂਦੀਆਂ ਕਿ ਤੁਸੀਂ ਕੀ ਹੋ ਇਹ ਪੰਜਾਬ ਦੇ ਵਿੱਚ। ਮੈਂ ਕਹਿੰਦਾ ਪੰਜਾਬ ਦੇ ਵਿੱਚ ਮੈਂ ਹਿੰਦੂ ਲੀਡਰਾਂ ਇੱਦਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਹਿੰਦੂ ਲੀਡਰਾਂ ਨੂੰ ਮਾਰਨਾ ਸੀ, ਪੰਜਾਬ ਦੇ ਵਿੱਚ ਤੁਹਾਡਾ ਨਾਮ ਸੀਗਾ ਜਿਨ੍ਹਾਂ ਨੇ ਉਹਨਾਂ ਨੂੰ ਮਾਰਨਾ ਸੀ, ਉਹਨਾਂ ਨੂੰ ਪਾਕਿਸਤਾਨ ਦੇ ਵਿੱਚੋਂ ਤੁਹਾਡੀ ਸੁਪਾਰੀ 1 ਕਰੋੜ ਰੁਪਇਆ ਮਾਰਨ ਦੀ ਉਹਨਾਂ ਨੂੰ ਆਈ ਹੋਈ ਸੀ। ਮੇਰੀ ਇੱਕ ਬੇਨਤੀ ਹੈ ਜੀ, ਜੋ ਸੁਰੱਖਿਆ ਸਫੀਸ਼ੈਂਟ ਮਿਲਣੀ ਚਾਹੀਦੀ ਹੈ। ਤੁਸੀਂ ਦੇਖਿਆ ਕਿ ਕਿੰਨੀ ਵਾਰੀ ਮੇਰੇ 'ਤੇ ਅੱਤਵਾਦੀ ਹਮਲੇ ਹੋਏ। 2016 ਦੇ ਵਿੱਚ ਮੇਰੇ ਗੋਲੀ ਚੱਲੀ, 2020 ਦੇ ਵਿੱਚ ਮੇਰੇ ਗੋਲੀ ਚੱਲੀ। ਮੈਂ ਕਿੰਨੀ ਵਾਰੀ ਕਹਿ ਚੁੱਕਾ ਕਿ ਮੇਰੀ ਸੁਰੱਖਿਆ ਨੂੰ ਸਫੀਸ਼ੈਂਟ ਕਰੋ, ਪਰ ਸੁਰੱਖਿਆ ਸਫੀਸ਼ੈਂਟ ਨਹੀਂ ਕੀਤੀ ਜਾਂਦੀ। ਮੈਂ ਕਿੰਨੀ ਵਾਰੀ ਲੈਟਰਾਂ ਕਰ ਚੁੱਕਾ, ਤੁਹਾਨੂੰ ਲੈਟਰਾਂ ਵੀ ਦਿਖਾ ਸਕਦਾ, ਮਾਨਯੋਗ DG ਸਾਹਿਬ ਨੂੰ, ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿੰਨੀ ਵਾਰੀ ਕਹਿ ਚੁੱਕਾ ਕਿ ਮੇਰੀ ਸੁਰੱਖਿਆ ਨੂੰ ਸਫੀਸ਼ੈਂਟ ਕਰੋ, ਮੇਰੀ ਸੁਰੱਖਿਆ ਵਧਾਓ। ਮੇਰੀ ਸੁਰੱਖਿਆ ਦੇ ਨਾਲ ਹਮੇਸ਼ਾ ਅਣਗਹਿਲੀ ਕੀਤੀ ਜਾਂਦੀ ਹੈ। ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਮੈਂ ਪੰਜਾਬ ਦੇ ਵਿੱਚ ਹਿੰਦੂ ਹਾਂ, ਇਸ ਲਈ ਅਣਗਹਿਲੀ ਕੀਤੀ ਜਾਂਦੀ ਹੈ। ਲਗਾਤਾਰ ਮੈਨੂੰ ਜਾਨੋਂ ਮਾਰਨ ਦੀ ਧਮਕੀਆਂ ਆਉਂਦੀਆਂ, ਥਰੈਟ ਆਉਂਦੀ ਹੈ। ਤੁਸੀਂ ਦੇਖਿਆ ਕਿ ਕਿੰਨੀ ਵਾਰੀ ਅੱਤਵਾਦੀ ਮਡਿਊਲ ਫੜੇ ਗਏ, ਪੰਜਾਬ ਪੁਲਿਸ ਨੇ ਵੀ ਕਿੰਨੀ ਵਾਰੀ ਅੱਤਵਾਦੀ ਮਡਿਊਲ ਫੜੇ, ਫਿਰ ਵੀ ਮੇਰੀ ਸੁਰੱਖਿਆ ਨਹੀਂ ਕੀਤੀ ਜਾਂਦੀ। NIA ਕੇਸ ਮੇਰੇ ਚੱਲਦੇ ਆ, ਫਿਰ ਵੀ ਮੇਰੀ ਸੁਰੱਖਿਆ ਨਹੀਂ ਕੀਤੀ ਜਾਂਦੀ। ਕੱਲ੍ਹ ਇਹੀ ਡਿਸਕਸ ਗੁਜਰਾਤ ਪੁਲਿਸ ਨਾਲ, ਗੁਜਰਾਤ ਦੇ ਅਫਸਰਾਂ ਨਾਲ ਮੇਰੀ ਡਿਸਕਸ ਹੋਈ ਸੀ। ਕਾਰਨ ਮੈਂ ਇੱਕ, ਮੈਂ ਕਹਿੰਦਾ ਬਹੁਤ ਗਰੁੱਪ ਨੇ, ਬਹੁਤ ਇਹੋ ਜਿਹੇ ਸੈੱਲ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਜਿਹੜੇ ਟਾਰਗੇਟ ਕਰ ਰਹੇ ਆ, ਉਹਨਾਂ ਨੂੰ ਇੱਕੋ ਹੀ ਚਿਹਰਾ ਨਜ਼ਰ ਆਉਂਦਾ ਪੰਜਾਬ 'ਚ ਅਮਿਤ ਅਰੋੜਾ, ਕਿ ਅਮਿਤ ਅਰੋੜਾ ਮਾਰਨਾ, ਅਮਿਤ ਅਰੋੜਾ ਮਾਰਨਾ। ਇਹਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਵੀ ਕਹਿੰਦਾ, ਪੰਜਾਬ ਪੁਲਿਸ ਨੂੰ ਵੀ ਕਹਿੰਦਾ ਕਿ ਮੇਰੀ ਸੁਰੱਖਿਆ ਕੀਤੀ ਜਾਵੇ, ਮੇਰੀ ਸੁਰੱਖਿਆ ਕੀਤੀ ਜਾਵੇ।